ਲੈ ਵੀ ਪਾਰਟੀ ਸ਼ੁਰੂ ਹੋਣ ਵਾਲੀ ਆ, ਆਪਾਂ ਨੂੰ ਡੀਕਣ ਦੇ ਆ ਕਿ ਆਪਾਂ ਨੂੰ ਡੀਕਣ ਹੀ ਨਹੀਂ ਦੇ? ਅਗਲਿਆਂ ਨੇ ਭਾਵਾਂ ਜਾਗੋ ਵੀ ਕੱਢ ਲਈ ਹੋਏ ਆ, ਜਾਗੋ ਤੇ ਮਾੜੀ ਮੋਟੀ ਕੱਢ ਲਈ ਹੋਣੀ ਹੈ, ਹੈ ਕੱਢ ਲਈ ਹੋਣੀ, ਜਾਗੋ ਡੀਜੇ ਚੱਲਦਾ, ਡੀਜੇ ਚੱਲਦਾ, ਰੀਡਰ ਰੀਡਰ ਸਾਹਿਬ ਵੀ ਆਏ ਨਾਲ। ਸਾਡੀ ਭੈਣ ਵੀਡੀਓ ਬਲਾਕ ਹੋਣ ਵਾਲਾ ਆ ਰਹੀ ਹੈ, ਵੀਡੀਓ ਬਲਾਕ ਦੇ ਨਾਲ ਪਹੁੰਚ ਚੁੱਕਾ ਕੇ ਕਹਿਣਾ ਕੌਣ ਵੀਡੀਓ ਬਲਾਕ ਦੇ ਨਾਲ ਸਾਡੇ ਬੈਠੇ ਆ ਸਾਬੀ ਭਾਜੀ, ਲੱਖਾ ਭਾਜੀ, ਸਾਰੇ ਜਾਣੇ ਬੈਠੇ ਆ, ਤੇ ਜਿਹੜੀ ਗੱਲਬਾਤ ਹੋਣੀ ਉਹ ਚਾਚੇ ਸ਼ੇਰ ਦੀ ਹੋਣੀ, ਉੱਥੇ ਵੀ ਹੋਣੀ ਆ। ਹੁਣ ਇਸ ਟਾਈਮ ਦੇ ਵਿੱਚ ਸਾਡੇ ਘਰ ਦੇ ਵਿੱਚ ਪਤਾ ਕੌਣ ਆਏ ਆ? ਵੀਡੀਓ ਸਾਹਿਬ ਦੇ ਇੱਕ ਇੱਕ ਤਾੜੀਆਂ ਚਾਹੀਦੀਆਂ, ਤਾੜੀਆਂ ਵੀਡੀਓ ਸਾਹਿਬ ਦੇ, ਤਾੜੀਆਂ ਚਾਹੀਦੀਆਂ ਵੀਡੀਓ ਸਾਹਿਬ ਦੇ, ਤਾੜੀਆਂ। ਮੇਰੀ ਭੈਣ ਨਾ ਜਿਹੜੀ ਆ ਹੁਣ ਵੀਡੀਓ ਬਣ ਕੇ ਨਰਾਲੇ ਬਲਾਕ ਦੇ ਵਿੱਚ ਆ ਰਹੀ ਆ, ਉਹਦੇ ਵਾਸਤੇ ਤਾੜੀਆਂ ਚਾਹੀਦੀਆਂ। ਮੇਰੀ ਵੱਡੀ ਭੈਣ, ਮੇਰੀ ਵੱਡੀ ਭੈਣ ਦੇ ਵਾਸਤੇ ਤਾੜੀਆਂ। ਸਾਡੀ ਦੀਪਾ, ਮੇਰੀ ਪੁੱਤ, ਮੇਰਾ ਤੇ ਮੇਰਾ ਪੁੱਤ ਵੀ ਉੱਥੇ ਆਏ ਆ, ਉਹਨਾਂ ਵਾਸਤੇ ਤਾੜੀਆਂ ਜੋ ਨਾ ਬਜਾਓ। ਇਹ ਆ ਵੀ ਮੇਰੀ ਭੈਣ ਆ ਗਈ ਵੀਡੀਓ ਬਣ ਕੇ, ਉਹਨੇ ਕਿਹਾ ਤਾ ਵੀ ਚਾਚਾ ਜੀ ਤੈਨੂੰ ਕੋਈ ਦੇਖ ਨਹੀਂ ਸਕਦਾ।
ਦੇ ਫੱਟੇ ਚੱਕੀ ਜਾਂਦੇ ਨੇ ਮੇਰੀ ਤਾਂ ਖਾਲੀ ਉਹ ਕੌਣ ਸੀ ਦੇ ਫੱਟੇ ਚੁੱਕ ਚੁੱਕੇ ਨੇ ਮੈਂ ਕੁਛ ਨਹੀਂ ਖਾਂਦਾ ਸਾਰਿਆਂ ਨੂੰ ਅੱਜ ਬਾਬਾ ਦਿਨਾਂ ਬਾਅਦ ਪੇਟ ਪੂਜਾ ਕਰਨ ਆਏ ਆ ਮਹੀਨੇ ਚ ਇੱਕ ਅੱਧੀ ਵਾਰੀ ਆ ਜਾਵੇ ਬਹੁਤ ਆ 10 ਜੂਨ ਤੋਂ ਬਾਅਦ ਅੱਜ ਇੰਨਾ ਕੁਝ ਖਾਣ ਲੱਗਾ ਸਾਗ ਸ਼ਾਹੀ ਪਨੀਰ ਆਹ ਕੀ ਸੀਗਾ ਕੜਾਹ ਗੋਲਗੱਪੇ ਆਹ ਥੋੜੀਆਂ ਜਿਹੀਆਂ ਚਾਊਮੀਨ ਆਹ ਚਾਊਮੀਨ ਆ ਅੱਜ ਪਾਈਆਂ ਉਹਨਾਂ ਨੇ ਆਹ ਮੈਨੂੰ ਪਤਾ ਨਹੀਂ ਕੀ ਸੀ ਮੈਂ ਪਾ ਲਿਆ ਮੈਂ ਖਾਧਾ ਵੀ ਹਾਂ ਜੀ ਚਿੱਲੀ ਬਾਕੀ ਆਹ 2 ਤਰ੍ਹਾਂ ਦੇ ਚੌਲ ਆ ਕਿੱਦਾਂ ਠੀਕ ਠਾਕ ਮੁੰਡਾ ਚੱਲ ਗਿਆ ਆਪਣੇ ਘਰ ਜਿੱਦਣ ਦਾ ਇਹ ਆਇਆ ਉੱਦਣ ਦਾ ਸਾਡੇ ਕੋਲ ਆਇਆ ਨਹੀਂ ਗਿਆ ਇੱਥੇ ਇਹਨੂੰ ਮੈਂ ਦਿਖਾਉਂਦਾ ਹੁਣ ਮੈਂ ਕੀ ਖਾਣ ਲਿਆ ਇੱਧਰ ਆਹਦੇ ਇੱਧਰ ਰਸਗੁੱਲੇ ਦਿਖਾ ਕਹਿੰਦੇ ਨੂੰ ਲਾ ਬਈ ਹੋ ਗਏ ਵਿਹਲੇ ਸ਼ਹਿਰ ਆਏ ਸੀ ਘਰ ਦੇ ਫੈਮਿਲੀ ਸਾਰੀ ਸ਼ੋਪਿੰਗ ਕਰਨ ਮੈਂ ਜਿਮ ਸੀਗਾ ਜਿਮ ਤਾਂ ਮੈਂ ਘਰ ਜਾਣਾ ਸੀ ਇਹਨਾਂ ਨੂੰ ਚੱਕਣਾ ਸੀ ਇਹਨਾਂ ਨੇ ਮੈਨੂੰ ਰਾਹ 'ਚ ਘੇਰ ਲਿਆ ਕਿ ਅੱਜ ਖਾ ਪੀ ਕੇ ਜਾਣਾ ਮੈਂ ਕਿਹਾ ਚਲੋ ਇੱਕ ਵਾਰ ਦੇਣੀ ਹੋ ਗਏ ਆ ਚੱਲੇ ਚੱਲਦੇ ਹਾਂ ਪਰ ਤਾਂ ਛੱਪੜ ਲੱਗੇ ਹੋਏ ਆ ਮੀਂਹ ਬਹੁਤ ਪਿਆ ਨਾ 2 ਕੁ ਦਿਨ ਜਾਂਦਾ ਘੁੜਕਾ ਦੁਆਬੇ 'ਚ ਬਹੁਤ ਘੱਟ ਵੇਖਣ ਨੂੰ ਮਿਲਦੇ ਆ ਮਾਝੇ ਮਾਲਵੇ 'ਚ ਜ਼ਿਆਦਾ ਆ ਇਹ ਬਾਕੀ ਕੱਲ੍ਹ ਵਾਲੀ ਵੀਡੀਓ ਭਿੰਦੀ ਦਾ ਜਨਮ ਦਿਨ ਸੀਗਾ ਸਾਰਿਆਂ ਨੇ ਬਹੁਤ ਵਧਾਈਆਂ ਦਿੱਤੀਆਂ ਭਿੰਦੀ ਵੱਲੋਂ ਅਤੇ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਸਾਰਿਆਂ ਜਣਿਆਂ ਦਾ ਕੱਲ੍ਹ ਦਾ ਮੀਂਹ ਪੈਣ ਦਿਆ ਸੀਗਾ ਅੱਜ ਵੀ ਮਾੜਾ ਮਾੜਾ ਪੈ ਕੇ ਹਟਿਆ ਆ ਫੇਰ ਬੱਦਲ ਘੁਲਿਆ ਮਿਲਿਆ ਜਿਹਾ ਹੋਇਆ ਪਿਆ ਕਿਣ ਮਿਣ ਹੋ ਰਹੀ ਆ ਜੇ ਦਾ ਡਰ ਸੀ ਉਹੀ ਹੋਇਆ ਫਾਟਕ ਬੰਦ ਉਹਨੇ ਖੁੱਲ੍ਹਿਆ ਹੀ ਆ ਰੋਟਾਵੇਟਰ ਲੱਗਦੇ ਇਹ ਫਾਟਕ ਵੀ ਹੁਣ ਕਿਤੇ ਕਿਤੇ ਰਹਿ ਗਏ ਪਿੰਡਾਂ ਵਾਲੀਆਂ ਰਾਹਾਂ 'ਤੇ ਰਹਿ ਗਏ ਆ ਕਈ ਵਾਰੀ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਜਿੱਦਾਂ ਆਮ ਆਪਣੇ ਜਾਣ ਪਛਾਣ ਵਾਲੇ ਆਪਾਂ ਨੂੰ ਮਿਲਦੇ ਹੱਥ ਮਿਲਾਉਂਦੇ ਆ ਬੜਾ ਵਧੀਆ ਮਿਲਦੇ ਆ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਉਹ ਆਪਣੇ ਤੋਂ ਇੰਨਾ ਸੜਦੇ ਆ ਉਹ ਕਈ ਵਾਰੀ ਇੱਦਾਂ ਹੁੰਦਾ ਆ ਉਹ ਜਦੋਂ ਆਪਣੀ ਪੜਾਸ ਕੱਢਦੇ ਉਦੋਂ ਪਤਾ ਲੱਗਦਾ ਆ ਵੀ ਬੰਦਾ ਯਾਰ ਇਹ ਮੇਰੇ ਨਾਲ ਇੰਨਾ ਵਧੀਆ ਬੋਲਚਾਲ ਮਤਲਬ ਇੰਨਾ ਵਧੀਆ ਮੈਨੂੰ ਮਿਲਦਾ ਹੈਗਾ ਪਰ ਇਹਦੇ ਦਿਲ 'ਚ ਤਾਂ ਕੁਛ ਹੋਰ ਹੀ ਸੀਗੀ ਮੇਰੇ ਨਾਲ ਤਾਂ ਕਈ ਵਾਰੀ ਇੱਦਾਂ ਹੋਇਆ ਬੜੇ ਵਧੀਆ ਮੈਨੂੰ ਮਿਲਦੇ ਹੁੰਦੇ ਜਦੋਂ ਕੋਈ ਗੱਲਬਾਤ ਹੋਵੇ ਉਦੋਂ ਪਤਾ ਲੱਗਦਾ ਹੁੰਦਾ ਇਸ ਬੰਦੇ ਦੇ ਦਿਲ 'ਚ ਮਨ ਦੇ ਵਿੱਚ ਕਿੰਨੀ ਈਰਖਾ ਭਰੀ ਸੀਗੀ ਮੇਰੇ ਖਿਲਾਫ਼ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਆ ਕੋਈ ਵੀ ਨਹੀਂ ਜਰਦਾ ਕਿਸੇ ਦੀ ਤਰੱਕੀ ਦੇਖ ਕੇ ਕਿਸੇ ਨੂੰ ਖੁਸ਼ ਦੇਖ ਕੇ ਕੱਟ ਮਾਰਿਆ ਸੀ ਨਾ ਸ਼ੋਰਟ ਕੱਟ ਲੌਂਗ ਕੱਟ ਬਣ ਜਾਂਦਾ ਹੁੰਦਾ ਕਈ ਵਾਰੀ ਨਿਕਲਿਆ ਆਹ ਬਣਿਆ ਲੌਂਗ ਕੱਟ ਰਾਹੀ ਬਣਦਾ ਤਾਂ ਹੀ ਕਹਿੰਦੇ ਆ ਕੋਈ ਵੀ ਕੰਮ ਕਰਨਾ ਸ਼ੋਰਟ ਕੱਟ ਨਾ ਮਾਰੋ ਇੱਦਾਂ ਹੁੰਦੀ ਆ ਘੁੰਮ ਕੇ ਜਾਣਾ ਪੈਣਾ ਮੈਨੂੰ ਉਨਾ ਹੀ ਜ਼ਿਆਦਾ ਜਿਹੜੀਆਂ ਤੁਸੀਂ ਆਫ ਰੋਡਿੰਗ ਵਾਲੀਆਂ ਵੀਡੀਓ ਦੇਖੀਆਂ ਸੀਗੀਆਂ ਨਾ ਉਹ ਵਿਆਹ ਤੋਂ ਬਾਅਦ ਦੀਆਂ ਆ ਵਿਆਹ ਵਾਲੀ ਵੀਡੀਓ ਜਿਹੜੀ ਉਹ ਤੋਂ ਪਹਿਲਾਂ ਹੁੰਦੀ ਆ ਜਦੋਂ ਆਫ ਰੋਡਿੰਗ ਕਰਕੇ ਪਾਉਣੀਆਂ ਉਹ ਸੀਗੀਆਂ ਜਿਹੜੀ ਅੱਜ ਤੁਸੀਂ ਵੇਖੀ ਆ ਪਾਉਣੀ ਇਹ ਸੀਗੀ ਵੀਡੀਓ ਜਿੱਦਣ ਆਫ ਰੋਡਿੰਗ ਕਰਨ ਗਏ ਨਾ ਉੱਦਣ ਗਰਮੀ ਬਹੁਤ ਸੀ ਇੱਕ ਤਾਂ ਉੱਥੇ ਇੱਕ ਅਸੀਂ ਐਨਕਾਂ ਨਹੀਂ ਸੀ ਲੱਗ ਗਏ ਇਹਦੀ ਜਿਹੜੀ
ਫਰੇਮ ਹੁੰਦਾ ਆ, ਸ਼ੀਸ਼ਾ ਹੁੰਦਾ, ਉਹ ਵੀ ਨਹੀਂ ਸੀ ਲਾ ਕੇ ਗਏ। ਮੀਂਹ ਪੈ ਕੇ ਹਟਿਆ ਸੀਗਾ, ਮੀਂਹ ਪੈਣ ਤੋਂ ਬਾਅਦ ਨਾ ਮਿੱਟੀ ਬੋੜਦੀ ਹੁੰਦੀ ਆ ਕਿਰਕ, ਉਹ ਮੇਰੀਆਂ ਅੱਖਾਂ 'ਚ ਇੰਨੀ ਕੁ ਵੱਜੀ ਨਾ, ਅੱਖਾਂ 'ਚ ਵੱਜ ਵੱਜ ਕੇ ਨਾ, ਤਾਂ ਉਹ ਦਿਨ ਨਹੀਂ ਫਿਰ ਮੈਂ ਉੱਠਿਆ। ਉਦਣ ਦੀ ਵਿਚਾਰੀ ਜੀਪ ਵੀ ਇੱਦਾਂ ਹੀ ਲਿਬੜੀ ਖੜੀ ਆ, ਸਾਰੀ ਆਹ ਹੀ ਰੇਤਾ ਕਿਰਕ ਜੀ ਜਿਹੜੀ ਆ ਨਾ, ਇਹ ਜਦੋਂ ਗੱਡੀਆਂ ਲੰਘਦੀਆਂ ਸੀਗੀਆਂ ਸੜਕ ਦੇ ਉੱਤੇ ਅਤੇ ਉੜ ਕੇ ਸਿੱਧੀ ਮੂੰਹ ਦੇ ਉੱਤੇ ਪੈਂਦੀ ਸੀ, ਸਾਡੇ ਕੋਲ ਗਲਤੀ ਇਹ ਹੋਈ, ਅਸੀਂ ਐਨਕਾਂ ਨਹੀਂ ਲੈ ਕੇ ਗਏ ਨਾਲ, ਲਾ ਜਾਂਦੇ ਤਾਂ ਬਚਾਅ ਹੋ ਜਾਣਾ ਸੀਗਾ। ਪਰ ਆਫ ਰੋਡਿੰਗ ਬਹੁਤ ਜ਼ਿਆਦਾ ਵਧੀਆ ਰਿਹਾ, ਨਜ਼ਾਰਾ ਆ ਗਿਆ ਕਿਉਂਕਿ ਮੀਂਹ ਪੈ ਕੇ ਹਟਿਆ ਸੀਗਾ ਨਾ, ਠੰਡਾ ਸੀਗਾ ਮੌਸਮ ਅਤੇ ਸਾਫ਼ ਬਹੁਤ ਸੀਗਾ ਉੱਥੇ ਸਾਰਾ ਕੁਛ, ਤਾਂ ਕਰਕੇ ਮਿੱਟੀ ਘੱਟਾ ਜਿਹੜਾ ਬੈਠਾ ਹੋਇਆ ਸੀਗਾ ਥੱਲੇ, ਇਸ ਕਰਕੇ ਬਹੁਤ ਵਧੀਆ ਲੱਗਾ। ਹੁਣ ਇਹਨੂੰ ਪਾਣੀ ਮਾਰਨਾ ਆ, ਪਹਿਲੋਂ ਪਰ ਆਹ ਕੱਢ ਕੇ ਨਾ ਸਾਰਾ ਉਦਣ ਦਾ ਜੋ ਜੋ ਲੈ ਕੇ ਗਏ ਸੀ ਉੱਦਾਂ ਹੀ ਪਿਆ ਸਾਰਾ ਕੁਛ, ਇੱਦਾਂ ਹੀ ਸਾਰੀ ਰੇਤਾਂ ਨਾਲ ਹੀ ਭਰੀ ਰਹੀ ਵਿਚਾਰੀ। ਇੱਦਾਂ ਵੀਡੀਓ ਤੁਹਾਨੂੰ ਪਤਾ ਹੀ ਆ ਫਿਰ ਘਰੋਂ ਬਾਹਰ ਜਾ ਕੇ ਕਿੰਨੀਆਂ ਔਖੀਆਂ ਬਣਦੀਆਂ ਆ। ਹੁਣ ਕਈ ਯੂਟਿਊਬਰ ਆ ਉਹ ਫੈਮਲੀਆਂ ਨਾਲ ਘਰਦਿਆਂ ਨਾਲ ਹੀ ਵੀਡੀਓ ਬਣਾ ਕੇ ਪਰਾਂ ਮਾਰਦੇ ਆ, ਮਿੰਟੋ ਮਿੰਟ ਹੀ ਸਾਡੇ ਵਰਗੇ ਸਪੈਸ਼ਲ ਉੱਤੇ ਮਿਊਜ਼ਿਕ ਲਾਊਗੇ, ਯਾਰ ਦੋਸਤ ਇਕੱਠੇ ਕਰੂਗੇ, ਫਿਰ ਕਿਤੇ ਜਾਣਾ ਸਪੈਸ਼ਲ ਸਾਰਾ ਕੁਛ, ਮਤਲਬ ਬੜਾ ਟਫ ਆ ਇੱਦਾਂ ਦੀਆਂ ਵੀਡੀਓ ਬਣਾਉਣੀਆਂ ਜਿਹੜੀਆਂ ਆਪਾਂ ਘਰ ਦੇ ਵਿੱਚ ਹੀ ਬਣਾ ਲੈਂਦੇ ਹਾਂ ਨਾ, ਕਿਸੇ ਵੀ ਚੀਜ਼ ਦੇ ਉੱਤੇ ਜਾ ਬਣਾਉਣ ਲੱਗੇ, ਅੱਜ ਇੱਥੇ ਚੱਲਦੇ ਹਾਂ ਜਾ ਉਹ ਕਰਨ ਲੱਗੇ ਹਾਂ, ਉਹ ਛੇਤੀ ਬਣ ਜਾਂਦੀਆਂ, ਐਡਿਟ ਵੀ ਸੌਖੀਆਂ ਹੋ ਜਾਂਦੀਆਂ, ਇਹ ਸਾਰਾ ਕੁਛ ਹੀ ਔਖਾ ਕੰਮ। ਪਰ ਫਿਰ ਵੀ ਵੇਖ ਲਓ ਆਪਣੀਆਂ ਵੀਡੀਓ ਇੰਨਾ ਨਹੀਂ ਪਸੰਦ ਕਰਦੇ, ਉੱਦਾਂ ਦੀਆਂ ਵੀਡੀਓ ਮੈਂ ਵੇਖਿਆ ਇੱਦਾਂ ਐਲਗੋਰਿਦਮ ਜਿਹੜਾ ਆ ਨਾ ਯੂਟਿਊਬ ਦਾ ਉਹ ਬਹੁਤ ਚੱਕਦਾ ਆ, ਬਾਕੀ ਆਪਾਂ ਇੱਦਾਂ ਹੀ ਪਾਉਂਦੇ ਸੀ ਤਾਂ ਇੱਦਾਂ ਹੀ ਗਾਂਹ ਪਾਉਂਦੇ ਰਹਿਣਾ, ਐਲਗੋਰਿਦਮ ਜਿੱਦਾਂ ਮਰਜ਼ੀ ਬਣੀ ਜਾਵੇ, ਜੋ ਮਰਜ਼ੀ ਹੋਈ ਜਾਵੇ, ਵੀਡੀਓ ਵੱਧ ਚੱਲਣ ਘੱਟ ਚੱਲਣ ਕੋਈ ਲੈਣਾ ਦੇਣਾ ਨਹੀਂ। ਇਹ ਹਰ ਸਾਲ ਨਾ ਯੂਟਿਊਬ ਜਿਹੜੀ ਐਲਗੋਰਿਦਮ ਚੇਂਜ ਕਰਦੀ ਰਹਿੰਦੀ, ਇੱਕ ਭਰਾ ਦਾ ਕਮੈਂਟ ਵੀ ਆਇਆ ਸੀ ਕਹਿੰਦੇ ਭਾਅ ਜੀ ਐਲਗੋਰਿਦਮ ਦਾ ਕੋਈ ਚੱਕਰ ਲੱਗਦਾ, ਨੋਟੀਫਿਕੇਸ਼ਨਾਂ ਵੀ ਨਹੀਂ ਆਉਣਦੀਆਂ, ਬਹੁਤ ਘੱਟ ਜਣਿਆਂ ਨੂੰ ਨੋਟੀਫਿਕੇਸ਼ਨ ਜਾਂਦੀ ਆ ਆਪਣੀ ਜਦੋਂ ਆਪਾਂ ਵੀਡੀਓ ਪਾਈ ਦੀ ਹੈ, ਜ਼ਿਆਦਾਤਰ ਜਾਂਦੀ ਨਹੀਂ, ਨਾ ਹੀ ਜਿਹੜੀ ਯੂਟਿਊਬ ਆ ਉਹ ਰਿਕਮੈਂਡ ਕਰਦੀ ਹੈ ਵੀਡੀਓ। ਛੋਟੀ ਜਿਹੀ ਵੀਡੀਓ ਸੀਗੀ, ਕੱਲ੍ਹ ਹੁਣ ਮਿਲਾਂਗੇ, ਅੱਜ ਥੋੜ੍ਹਾ ਜਿਹਾ ਸਿਸਟਮ ਹੀ ਸੈੱਟ ਹੋਇਆ ਆ, ਬਾਕੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿੰਨੇ ਦਿਨਾਂ ਬਾਅਦ ਵੀਡੀਓ ਤਾਂ ਤੁਸੀਂ ਇੱਕ ਤਾਂ ਦਿਨ ਛੱਡ ਕੇ ਦੇਖੀਆਂ ਹੀ ਆ, ਪਰ ਮੇਰੇ ਵੱਲੋਂ ਕਿੰਨੇ ਦਿਨਾਂ ਬਾਅਦ ਮੈਂ ਆਇਆ ਵਾਂ ਕੈਮਰੇ ਅੱਗੇ। ਇਹਦੇ ਵੀ ਥਰੜੇ ਪਾਸੇ ਜਿੱਦਣ ਦੀ ਮੋਟਰ 'ਤੇ ਲੈ ਗਏ, ਕਈ ਕੁਛ ਫਸਿਆ ਪਾਣੀ ਵਿੱਚੋਂ ਕੱਢੀ ਸੀ ਨਾ, ਪਾਣੀ 'ਚ ਲਫਾਫੇ ਲਫੂ ਕੇ ਔਰ ਇਹ ਥੱਲੇ ਵੜੇ ਆ।